taxes. ਨਿਊਜ਼ ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਪਿਛਲੇ ਸੈਗਮੈਂਟ ਦੇ ਵਿੱਚ, ਜਿਹੜੀ ਕੋਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀ ਜਾਣਕਾਰੀ ਹੈ, ਵੇਰਵਾ ਹੈਗਾ ਤੇ ਲੇਟੈਸਟ ਡਿਵੈਲਪਮੈਂਟਸ ਨੇ ਉਹ ਸਾਂਝੀਆਂ ਕੀਤੀਆਂ ਨੇ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਸਾਡੇ ਨਾਲ। ਸੋ ਹੁਣ ਗੱਲਬਾਤ ਨੂੰ ਅੱਗੇ ਤੋਰਦਿਆਂ ਡਾਕਟਰ ਸਾਹਿਬ, ਪੰਜਾਬ ਦੇ ਵਿੱਚੋਂ ਪਟਿਆਲੇ ਦੇ ਵਿੱਚੋਂ ਜਿਹੜੀ ਲੇਟੈਸਟ ਇਹ ਖਬਰ ਆਈ ਹੈ, ਨਿਹੰਗ ਸਿੰਘ ਤੇ ਨਿਹੰਗ ਸਿੰਘਾਂ ਦਾ ਇੱਕ ਜਿਹੜਾ ਗਰੁੱਪ ਸੀ ਉਹਦੇ ਨਾਲ ਉਹਨਾਂ ਦੀ ਪੁਲਿਸ ਦੇ ਨਾਲ ਜਿਹੜੀ ਹੱਥੋਂ ਪਾਈ ਹੋਈ ਹੈ, ਝੜਪ ਹੋਈ ਹੈ, ਉਸ ਬਾਬਤ ਇਹਦੇ ਤੇ ਦੋ ਵਰਜਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਆ। ਜਿਵੇਂ ਕਿ ਜਿਹੜਾ ਨਾਮ ਉਹਨਾਂ ਦਾ ਆ ਰਿਹਾ ਬਲਵਿੰਦਰ ਸਿੰਘ, ਜਿਹੜੇ ਕਿ ਉੱਥੇ ਡੇਰਾ ਹੈਗਾ ਨਿਹੰਗ ਸਿੰਘਾਂ ਦਾ, ਉੱਥੇ ਉਹ ਮੁਖੀ ਹੈਗੇ ਆ, ਤੇ ਇੱਕ ਇਸ ਸਾਰੇ ਇੰਸੀਡੈਂਟ ਦੇ ਵਿੱਚ ਉਹਦੀ ਜਿਹੜੀ ਵੀਡੀਓ ਹੈਗੀ ਆ ਜਾਂ ਉਹਦੀਆਂ ਜਿਹੜੀਆਂ ਡਿਟੇਲਸ ਨੇ ਉਹ ਮੀਡੀਆ ਦੇ ਵਿੱਚ ਕਾਫੀ ਵੱਡੇ ਲੈਵਲ ਤੇ ਪ੍ਰਚਲਿਤ ਹੋ ਰਹੀਆਂ ਨੇ। ਸੋ ਮੈਂ ਡਿਟੇਲ ਦੇ ਵਿੱਚ ਨਹੀਂ ਜਾਊਂਗਾ, ਪਰ ਇਹ ਗੱਲ ਇੱਕ ਤਾਂ ਸਾਹਮਣੇ ਆ ਰਹੀ ਹੈ ਕਿ ਇੱਕ ਤਾਂ ਜਿਹੜਾ ਪੁਲਿਸ ਦਾ ਜਾਂ ਐਡਮਿਨਿਸਟ੍ਰੇਸ਼ਨ ਦਾ ਵਰਜਨ ਹੈ ਕਿ ਅਸੀਂ ਜੀ ਉੱਥੇ ਮਾਸਕ ਜਿਹੜੇ ਹੈਗੇ ਆ ਉਹ ਪਾ ਕੇ ਜਾਂ ਅਦਰਵਾਈਜ਼ ਜਿਹੜੀ ਸੋਸ਼ਲ ਡਿਸਟੈਂਸਿੰਗ ਹੈਗੀ ਆ ਉਹਨੂੰ ਅਸੀਂ ਪ੍ਰਮੋਟ ਕਰ ਰਹੇ ਸੀ ਜਾਂ ਉਹਨੂੰ ਅਸੀਂ ਐਗਜੀਕਿਊਟ ਕਰ ਰਹੇ ਸੀ, ਤੇ ਉਹਦੇ ਥੱਲੇ ਉਹਨਾਂ ਤੋਂ ਅਸੀਂ ਪਾਸ ਮੰਗਿਆ ਕਿ ਸਿਰਫ ਇਸ ਨਾਕੇ ਤੋਂ ਉਹੀ ਲੰਘ ਸਕਦੇ ਆ ਜਿਹੜੇ ਜਿਹਨਾਂ ਦੇ ਕੋਲ ਪਾਸ ਮੌਜੂਦ ਹੈ। ਪਰ ਉਹਨਾਂ ਨੇ ਜਿਹੜਾ ਹੈਗਾ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਤੇ ਉਸ ਹੱਥੋਂ ਪਾਈ ਦੇ ਵਿੱਚ ਅੱਗੇ ਵੱਧਦਿਆਂ ਜਿਹੜੀ ਹੈ ਝੜਪ ਹੋਈ ਹੈ, ਤੇ ਝੜਪ ਦੇ ਵਿੱਚ ਇੱਕ ASI ਦਾ ਜਿਹੜਾ ਹੱਥ ਵੀ ਕੱਟੇ ਜਾਣ ਦੀ ਖਬਰ ਹੈ। ਸੋ ਇਹਦੇ ਤੇ ਜਿੱਥੇ ਪ੍ਰਤੀਕਰਮ ਆ ਰਹੇ ਆ, ਉੱਥੇ ਦੂਜਾ ਪੱਖ ਇਹਦਾ ਇਹ ਵੀ ਹੈ ਵੀ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਵੀ ਜਿਹੜੀ ਪੁਲਿਸ ਬਰੂਟੈਲਿਟੀ ਹੈਗੀ ਹੈ ਜਾਂ ਪੁਲਿਸ ਕਿਵੇਂ ਡੀਲ ਕਰ ਰਹੀ ਹੈ, ਕਿਵੇਂ ਇਨਫੋਰਸ ਕਰ ਰਹੀ ਹੈ, ਕਿਵੇਂ ਜਿਹੜੇ ਨਾਗਰਿਕ ਨੇ ਘਰਾਂ ਤੋਂ ਬਾਹਰ ਨਿਕਲਦੇ ਉਹਨਾਂ ਨੂੰ ਡੰਡੇ ਮਾਰੇ ਜਾ ਰਹੇ ਆ, ਸੜਕਾਂ ਤੇ ਲਟਾਇਆ ਜਾ ਰਿਹਾ ਜਾਂ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ, ਇਹ ਨਹੀਂ ਦੇਖਿਆ ਜਾ ਰਿਹਾ ਵੀ ਕਿਹਦੀ ਕੀ ਲੋੜ ਹੈ, ਕਿਉਂ ਜਾ ਰਿਹਾ ਕੋਈ ਘਰੋਂ ਬਾਹਰ। ਸੋ ਇੱਕ ਪੱਖ ਇਹਦਾ ਜਿਹੜਾ ਹੈਗਾ ਉਹ ਇਹ ਵੀ ਹੈ। ਸੋ ਜਿਹੜਾ ਇਹ ਘਟਨਾਕ੍ਰਮ ਸਾਡੇ ਸਾਹਮਣੇ ਆਇਆ, ਇਹਦੇ ਤੇ ਇਹ ਦੋਵੇਂ ਜਿਹੜੇ ਪੁਆਇੰਟ ਆਫ ਵਿਊਜ ਨੇ ਇਹਦੇ ਤੋਂ ਵਿਚਾਰਾਂ ਹੋ ਰਹੀਆਂ ਨੇ, ਲੋਕ ਆਪਣੇ ਪ੍ਰਤੀਕਰਮ ਦੇ ਰਹੇ ਆ ਤੇ ਇਸ ਘਟਨਾ ਨੂੰ ਦੇਖ ਰਹੇ ਆ। ਤੁਸੀਂ ਕੀ ਸਮਝਦੇ ਹੋ ਇਸ ਘਟਨਾ ਦੇ ਬਾਰੇ ਵੀ, ਤੇ ਅਦਰਵਾਈਜ਼ ਇਹ ਸਾਰੇ ਪਾਰਟ ਤੇ ਜਿਵੇਂ ਬਾਕੀ ਸਾਰਿਆਂ ਦੀ ਬਿਆਨਬਾਜ਼ੀ ਆਉਣੀ ਸ਼ੁਰੂ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ HS ਫੂਲਕਾ ਹੋਣ ਜਾਂ ਜਿਹੜੇ ਹੋਰ ਆਗੂ ਹੈਗੇ ਆ, ਈਵਨ ਜੇ ਅਸੀਂ ਪੰਜਾਬ ਦੇ ਵਿੱਚੋਂ ਬਾਹਰ ਨਿਕਲ ਜਾਈਏ ਤਾਂ ਭਾਰਤੀ ਮੀਡੀਆ ਦੇ, ਇੰਡੀਅਨ ਮੀਡੀਆ ਦੇ ਵਿੱਚ ਜਾਂ ਮੇਨਸਟ੍ਰੀਮ ਮੀਡੀਆ ਦੇ ਵਿੱਚ ਵੀ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈਗੀ ਆ ਉਹਨਾਂ ਵੱਲੋਂ ਵੀ ਬਿਆਨਬਾਜ਼ੀ ਆਉਣੀ ਸ਼ੁਰੂ ਹੋ ਗਈ ਹੈ ਕਿ ਜਿਹੜੇ ਨਿਹੰਗ ਸਿੰਘ ਹੈਗੇ ਆ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦੇਖੋ, ਤੁਸੀਂ ਬੜੇ ਚੰਗੇ ਢੰਗ ਨਾਲ ਇਹ ਸਵਾਲ ਫਰੇਮ ਕੀਤਾ ਹੈ, ਕਿਉਂਕਿ ਬਹੁਤ ਵਾਰ ਜਦੋਂ ਜਜ਼ਬਾਤ ਭੜਕੇ ਹੋਣ ਜਾਂ ਅੱਜ ਜਿਸ ਕਿਸਮ ਦਾ ਸੋਸ਼ਲ ਮੀਡੀਆ, ਲੱਤ ਕਿਸੇ ਪਾਸਿਓਂ, ਬਾਂਹ ਕਿਸੇ ਪਾਸੇ, ਸਿਰ ਕਿਸੇ ਪਾਸੇ, ਤੇ ਹਰ ਕੋਈ ਦੱਸ ਰਿਹਾ ਹੁੰਦਾ ਹੈ ਕਿ ਮੁਕੰਮਲ ਬੰਦਾ ਮੈਂ ਹੀ ਬਣਾਇਆ, ਉਹ ਇਸ ਕਿਸਮ ਦੇ ਐਕਸ਼ਨ ਰਿਐਕਸ਼ਨ ਚੱਲ ਰਹੇ ਹੁੰਦੇ ਨੇ, ਤੇ ਜ਼ਾਹਿਰ ਹੈ ਕਿ ਜਾਣਕਾਰੀ ਦੀ ਘਾਟ ਹੁੰਦੇ ਆ, ਕਿਉਂਕਿ ਸਾਡੇ ਕੋਲ ਵੀ ਜਾਣਕਾਰੀ ਦਾ ਸੋਰਸ ਬਹੁਤ ਵਾਰ ਉਹੀ ਹੁੰਦਾ ਜਾਂ ਮੀਡੀਆ ਤੇ ਹੈ ਜਾਂ ਸੋਸ਼ਲ ਮੀਡੀਆ ਤੇ ਹੈ। ਔਰ ਹੁਣ ਤੱਕ ਜਿਹੜੀ ਵਰਜਨ ਸਾਹਮਣੇ ਆਈ ਹੈ ਜਾਂ ਜਿਹੜੀਆਂ ਈਵਨ ਵੀਡੀਓਜ਼ ਵੀ ਸਾਹਮਣੇ ਨੇ ਇੰਟਰਵਿਊ ਦੇ ਵਿੱਚ ਜਾਂ ਦੂਸਰਿਆਂ ਦੇ ਵਿੱਚ, ਉਹਨਾਂ 'ਚ ਜਿਹੜਾ ਉਹ ਸਾਨੂੰ ਨਹੀਂ ਪਤਾ ਕਿ ਦੂਸਰਾ ਸਾਈਡ ਕੀ ਹੈ, ਕਿਉਂਕਿ ਦੂਸਰੇ ਸਾਈਡ ਦੇ ਵੱਲੋਂ ਹਾਂ ਕੋਈ ਕਿਸੇ ਨੂੰ ਜਿਹੜਾ ਉਹ ਮੀਡੀਆ ਨੇ ਇੰਟਰਵਿਊ ਵੀ ਨਹੀਂ ਕੀਤਾ ਹੈ। ਔਰ ਕਿਉਂਕਿ ਇਸ ਵੇਲੇ ਅਥਾਰੀਟੇਰੀਅਨਿਜ਼ਮ ਦੀ ਅਸੀਂ ਗੱਲ 2-3 ਦਿਨ ਪਹਿਲਾਂ ਕੀਤੀ ਸੀ ਮਿਸਟਰ ਸਨੋਡਨ ਦੇ ਹਵਾਲੇ ਨਾਲ, ਕਿ ਕਿਵੇਂ ਇਸ ਦੌਰ ਦੇ ਵਿੱਚ ਅਥਾਰੀਟੇਰੀਅਨ ਜਿਹੜਾ ਸਿਸਟਮ ਹੈ ਉਹ ਹੋਰ ਬਿਲਟ ਹੋ ਰਿਹਾ, ਔਰ ਜਿਹੜੀਆਂ ਡੈਮੋਕਰੈਟਿਕ ਇੰਸਟੀਟਿਊਸ਼ਨਸ ਨੇ ਔਰ ਅਦਰਵਾਈਜ਼ ਤੁਹਾਡੀਆਂ ਲਿਬਰਟੀਜ਼ ਨੇ ਜਾਂ ਹਿਊਮਨ ਰਾਈਟਸ ਹੈ ਜਾਂ ਦੂਸਰਾ ਵਰਜਨ ਹੈ, ਉਹ ਸਾਰਾ ਪਿੱਛੇ ਤੱਕਿਆ ਜਾ ਰਿਹਾ। ਸੋ ਮੈਂ ਇਹਦੇ ਤੇ ਜਜਮੈਂਟਲ ਨਹੀਂ ਹੋਣਾ ਚਾਹੁੰਦਾ, ਨਾ ਹੀ ਵਨ ਸਾਈਡਡ ਮੈਂ ਗੱਲ ਕਰਨੀ ਚਾਹੁੰਦਾ, ਪਰ ਮੈਨੂੰ ਜਿਹੜਾ ਇੱਕ ਨਿਊਜ਼ ਹੁੰਦੀ ਹੈ, ਇੱਕ ਨਿਊਜ਼ ਦੇ ਪਿੱਛੇ ਅਣਕਿਆ ਹੁੰਦਾ, ਇੱਕ ਉਸ ਦੇ ਪਿੱਛੇ ਵੀ ਅਣਕਿਆ ਹੀ ਜਿਹੜੀ ਹੈ ਡੈਲੀਬਰੇਟ ਇੰਟੈਂਸ਼ਨ ਹੁੰਦੀ ਹੈ, ਤੇ ਜਦੋਂ ਮੈਂ ਇਸ ਨੂੰ ਦੇਖਦਾ ਤੇ ਮੈਨੂੰ ਕਿਤੇ ਨਾ ਕਿਤੇ, ਔਰ ਅਨਫੋਰਚੁਨੇਟਲੀ 2 ਦਿਨ ਪਹਿਲਾਂ ਅਸੀਂ ਜੈ ਜੈਕਾਰ ਕਰਕੇ ਹਟੇ ਹਾਂ, ਸਾਡੇ ਆਪਣੇ ਬਹੁਤ ਸਾਰੇ ਜਿਹੜੇ
ਨੇ ਉਹ ਕਿ ਦੁਨੀਆ 'ਚ ਸਿੱਖਾਂ ਨੇ ਜਿੰਨਾ ਕੰਮ ਕੀਤਾ ਕਰ ਰਹੇ ਨੇ, ਇੰਗਲੈਂਡ ਦੀ ਰਾਣੀ ਨੇ ਇਹ ਕਿਹਾ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ, ਭਾਰਤ ਦੇ ਫਲਾਣੇ ਫਲਾਣੇ ਵਪਾਰੀਆਂ ਨੇ ਇਹ ਕਿਹਾ, ਮੋਦੀ ਨੇ ਤਾਰੀਫ ਕਰ ਦਿੱਤੀ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਇਹ ਘਟਨਾ ਜਿਸ ਨੂੰ ਤੁਸੀਂ ਪਰਸਨਲ ਇੱਕ ਟਿਫ ਵੀ ਕਹਿ ਸਕਦੇ ਹੋ, ਟਿਫ ਬਿਟਵੀਨ ਇੱਕ ਗਰੁੱਪ ਹੈ ਜਿਹੜਾ ਜਾ ਰਿਹਾ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਲੈਣਾ ਚਾਹੁੰਦਾ ਹੈ, ਉਹਨਾਂ ਦੇ ਕਹਿਣ ਮੁਤਾਬਕ ਸੈਕੰਡਰੀ ਸੋਰਸ ਤੋਂ ਇਹ ਹੈ ਕਿ ਜੇ ਉਹਨਾਂ ਨੂੰ ਲੰਗਰ ਲਈ ਚਾਹੀਦਾ ਹੈ, ਪੁਲਿਸ ਵਾਲੇ ਮਿਸਬਿਹੇਵ ਕਰਦੇ ਨੇ, ਕੋਈ ਗਾਲੀ ਗਲੋਚ ਹੁੰਦਾ ਹੈ। ਹਾਲਾਂ ਇਹ ਵੀ ਕਿਹਾ ਗਿਆ ਜੀ ਉਹਨਾਂ ਨੇ ਪਤਾ ਨੀ ਕਿੰਨੇ ਜਿਹੜੀਆਂ ਅਟਕਲਾਂ ਲਾਈਆਂ ਸੀ ਉਹ ਉਲੰਘੀਆਂ। ਇੱਕ ਸਟੋਰੀ ਮੈਂ ਕਿਤੇ ਇਹ ਵੀ ਦੇਖੀ ਹੈ ਜਿਹੜੀ ਇੱਕ ਕ੍ਰੈਡੀਬਲ ਜਰਨਲਿਸਟ ਨੇ ਕੀਤੀ ਕਿ ਐਕਚੁਅਲੀ ਅਜੇ ਪੁਲਿਸ ਬੈਰੀਕੇਡ ਲਾ ਰਹੀ ਸੀ ਉੱਥੇ, ਔਰ ਕਿਉਂਕਿ ਗੱਡੀ ਜਿਹੜੀ ਹੈ ਸਪੀਡ ਦੇ ਵਿੱਚ ਸੀ, ਉਹ ਉਹਨੂੰ ਫਾਂਗ ਕੇ ਅੱਗੇ ਚਲੀ ਗਈ। ਔਰ ਜਿਸ ਅੰਦਾਜ਼ ਚ ਜਿਹੜੀ ਈਵਨ ਟਿਊਟਰਡ ਵੀਡੀਓਜ਼ ਵੀ ਪੁਲਿਸ ਵਾਲਿਆਂ ਦੀਆਂ ਨੇ, ਅਸੀਂ ਦੇਖ ਰਹੇ ਹਾਂ ਕਿ ਉਹ ਉਹਨੂੰ ਭੰਨ ਰਹੇ ਨੇ ਉਹਨਾਂ ਦੀ ਗੱਡੀ ਨੂੰ ਡੰਡਿਆਂ ਨਾਲ, ਔਰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਨੇ। ਹੁਣ ਉਹਦੇ ਚ ਹੀ ਜਿਹੜਾ ਇਹਨਾਂ ਦੇ ਮੁਤਾਬਕ ਹੁੰਦਾ ਹੈ ਕਿ ਦੋ ਨਿਹੰਗ ਸਿੰਘ ਦੋਨੋਂ ਦਰਵਾਜ਼ਿਆਂ ਤੋਂ ਅੱਡ ਅੱਡ ਨਿਕਲਦੇ ਨੇ, ਇੱਕ ਜਿਹੜਾ ਉਹ ਅਟੈਕ ਕਰਦਾ, ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈਗੇ ASI ਦਾ ਹੱਥ ਵੱਢਿਆ ਜਾਂਦਾ ਹੈ। ਲੇਕਿਨ ਕਿਉਂਕਿ ਇਸ ਸਾਰੇ ਦੌਰ ਦੇ ਵਿੱਚ ਹੋਰਨਾਂ ਨੂੰ ਭਾਵੇਂ ਐਮਰਜੈਂਸੀ ਆਪਣੇ ਮਾਪਿਓ ਦੇ ਜਾਂ ਦੂਜੇ ਦੇ ਸੰਸਕਾਰ ਤੱਕ ਜਾਣ ਦਾ ਮੌਕਾ ਨਾ ਮਿਲੇ, ਜਾਂ ਜਿਵੇਂ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਹੈ ਕਿ ਕਿਵੇਂ ਇੱਕ ਡੈਕੋਰੇਟਿਡ ਆਫਿਸਰ ਜਿਹਨੂੰ ਨੰਬਰ 3 ਦਾ ਸ਼ੌਰੀਏ ਚੱਕਰ ਵੀ ਮਿਲਿਆ ਹੋਇਆ ਸੀ, ਉਹਦੇ ਪੇਰੈਂਟਸ ਨੇ ਜੇ ਕ੍ਰਿਮੇਸ਼ਨ ਦੇ ਲਈ ਆਰਮੀ ਨੇ ਕਿਹਾ ਕਿ ਅਸੀਂ ਆਪਣੇ ਹੈਲੀਕਾਪਟਰ 'ਚ ਤੁਹਾਨੂੰ ਲਿਜਾਵਾਂਗੇ, ਉਹ ਉੱਥੇ ਉਹਨਾਂ ਨੇ ਬੈਂਗਲਾਰੂ 'ਚ ਕਰਨਾ ਸੀ। ਲੇਕਿਨ ਕਿਵੇਂ ਰੈੱਡ ਟੇਪ, ਹੋਮ ਮਿਨਿਸਟਰੀ ਔਰ ਡਿਫੈਂਸ ਮਿਨਿਸਟਰੀ, ਕਿ ਇਵੈਂਚੁਅਲੀ ਉਹ 1600 ਕਿਲੋਮੀਟਰ ਦੀ ਯਾਤਰਾ ਦੇ ਉੱਤੇ ਵਿਚਾਰੇ ਬਜ਼ੁਰਗ, ਜਿਹੜਾ ਫਾਦਰ ਵੀ ਉਹਨਾਂ ਦਾ ਰਿਟਾਇਰਡ ਕਰਨਲ ਹੈ, ਉਹ ਨਿਕਲੇ, ਔਰ ਮੀਡੀਆ ਦੇ ਵਿੱਚ ਸ਼ੇਮ ਸੀ ਕਿ ਵੀ ਰੈੱਡ ਟੇਪ ਨੇ ਸਾਰਾ ਸਟਾਪ ਕੀਤਾ। ਪਰ ਇੱਥੇ ਤਾਂ ਖਾਸਮ ਖਾਸ ਅਮਰਿੰਦਰ ਦਾ ਡਾਇਰੈਕਟਰ ਜਨਰਲ ਪੁਲਿਸ ਜਿਹੜਾ ਉਹ ਦਿਨਕਰ ਗੁਪਤਾ ਹੈ, ਔਰ ਦਿਨਕਰ ਗੁਪਤਾ ਇਹਨੂੰ ਯਕੀਨੀ ਬਣਾਇਆ ਗਿਆ ਕਿ ਫੌਰਨ ਜਿਹੜੇ ਕੋਪ ਹੈ ASI ਜਿਹਦੀ ਬਾਂਹ ਵੱਢੀ ਗਈ, ਹੱਥ ਵੱਢਿਆ ਗਿਆ, ਉਹਨੂੰ PGI ਲਿਜਾਇਆ ਗਿਆ। 8 ਘੰਟੇ ਜਿਹੜਾ PGI ਦੇ ਡਾਕਟਰਸ ਨੇ ਆਪਰੇਟ ਕੀਤਾ ਔਰ ਉਹਨੂੰ ਵਾਪਸ ਹੱਥ ਨੂੰ ਜੋੜ ਦਿੱਤਾ। ਚੰਗੀ ਗੱਲ ਹੈ, ਅਸੀਂ ਇਹ ਸਮਝਦੇ ਹਾਂ ਕਿ ਵੀ ਕਿਸੇ ਦਾ ਵੀ ਜਿਹੜਾ ਇਸ ਕਿਸਮ ਦਾ ਹੈ, ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਅਸੀਂ ਫਰੰਟ ਲਾਈਨ ਤੇ ਫਾਈਟ ਕਰ ਰਹੇ ਮੈਡੀਕਲ ਅਮਲਾ ਫੈਲਾ ਜਾਂ ਅਸੈਂਸ਼ਲ ਸਰਵਿਸਿਜ਼ ਦੀ ਗੱਲ ਕਰਦੇ ਹਾਂ, ਪੁਲਿਸ ਦੇ ਲਈ ਵੀ ਕਿਤੇ ਵੀ, ਉਹ ਭਾਰਤ ਹੋਏ, ਪਾਕਿਸਤਾਨ ਹੋਏ ਜਾਂ ਹੋਰ ਥਾਵਾਂ ਤੇ ਵੀ ਸਾਡੀਆਂ ਥਰਡ ਵਰਲਡ ਕੰਟਰੀਜ਼, ਕੋਈ ਵੀ ਆਰਡਰ ਇਸ ਕਿਸਮ ਦਾ ਇੰਪਲੀਮੈਂਟ ਕਰਵਾਉਣਾ ਸੌਖਾ ਨਹੀਂ ਹੈ। ਪਰ ਜਸਟ ਇੱਕ ਸਾਈਡਡ ਸਾਡੇ ਕੋਲ ਅਜੇ ਵਰਜਨ ਹੈ, ਉਹਦੇ ਥੱਲੇ ਜਿਵੇਂ ਆਪਣਿਆਂ ਨੇ, ਔਰ ਮੈਂ ਉਹ ਜਦੋਂ ਰਿਐਕਸ਼ਨ ਦੇਖ ਰਿਹਾ ਸੀ, ਈਵਨ HS ਫੂਲਕੇ ਵਰਗਾ ਬੰਦਾ ਜਿਹਨੇ ਨਵੰਬਰ 84 ਦੇ ਕੇਸਿਸ ਲਈ ਜਸਟਿਸ 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 ਕਰਦੇ ਆ, ਉਹਨਾਂ ਦੇ ਕਹਿਣ ਮੁਤਾਬਕ ਆਪਣੀ ਸਾਰੀ ਜ਼ਿੰਦਗੀ ਲਾਈ ਹੈ, ਉਹ ਕਹਿ ਰਹੇ ਨੇ ਕਿ ਇਸ ਵੇਲੇ ਅਦਾਲਤਾਂ ਵੀ ਜਿਹੜੀਆਂ ਨੇ ਉਹ ਹੁਣ ਵਿਹਲੀਆਂ ਨੇ, 2 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਫੜ ਕੇ 10 ਦਿਨ ਦੇ ਵਿੱਚ ਵਿੱਚ ਉਹਨਾਂ ਦਾ ਫੈਸਲਾ ਕੀਤਾ ਜਾਏ ਔਰ ਉਹਨਾਂ ਨੂੰ ਸਜ਼ਾਵਾਂ ਸੁਣਾਈਆਂ ਜਾਣ। ਉਹ ਹਰਦੀਪ ਪੁਰੀ ਜਿਹੜਾ BJP ਦਾ ਟੁੱਚਾ, ਅਜੇ ਰਿਟਾਇਰ UN ਦੇ ਰਿਪ੍ਰੈਜੈਂਟੇਟਿਵ ਪਰਮਾਨੈਂਟ ਤੋਂ ਹੋਇਆ ਸੀ, BJP ਜੁਆਇਨ ਕੀਤੀ, ਅੰਮ੍ਰਿਤਸਰ ਚੋਂ ਹਾਰਿਆ ਹੋਇਆ, ਇਹਦੇ ਬਾਵਜੂਦ ਉਹਨੂੰ ਮਿਨਿਸਟਰ ਬਣਾਇਆ, ਕਿਉਂਕਿ BJP ਨੂੰ ਸੂਟ ਕਰਦਾ ਇੱਦਾਂ ਦੇ ਮੌਕਿਆਂ ਤੇ ਰੱਖਿਆ ਹੁੰਦਾ। ਉਹ ਬਿਆਨਬਾਜ਼ੀ ਕਰ ਰਿਹਾ ਕਿ ਜੀ ਫੌਰਨ ਇਹ ਬਹੁਤ ਗੁੰਡਾ ਐਲੀਮੈਂਟ, ਯੇ ਵੋ, ਇਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਹਨਾਂ ਨੂੰ ਕੋਈ ਪੁੱਛਿਆ ਕਿ ਵੀ ਤੁਹਾਨੂੰ ਇਸੇ ਹੀ ਪੁਲਿਸ ਦੇ ਜਿਹੜੇ ਕਾਰੇ ਨੇ ਜੋ ਜਿਸ ਲੈਵਲ ਤੇ ਜਾ ਕੇ ਜੈਨੋਸਾਈਡ ਤੋਂ ਬਾਅਦ ਜੈਨੋਸਾਈਡ ਕੀਤਾ ਸਜ਼ਾ ਯਾਫਤਾ, ਇਹਨਾਂ ਨੂੰ ਕਰਨ ਦੀ ਲਾਈਨ ਭੁੱਲ ਜਾਂਦੀ ਹੈ? ਤੇ ਇੱਕ ਗੱਲ ਨੂੰ ਉਹ ਤਾਂ ਪੁਲਿਸ ਨੇ ਵੀ ਉਹਨਾਂ ਦੇ ਸਖ਼ਤ ਸਜ਼ਾ ਦੇਣ ਦੀ ਕਹਿਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਆਲਰੇਡੀ ਜਿਹੜਾ ਵਰਤਾਰਾ, ਇੱਕ ਘਟਨਾ ਇਹ ਹੈ ਜਿਹੜੀ ਮੌਕੇ ਤੇ ਵਾਪਰਦੀ ਹੈ, ਸਾਡੇ ਕੋਲ ਪੁਲਿਸ ਦੀਆਂ ਹੀ ਜਾਰੀ ਕੀਤੀਆਂ ਵੀਡੀਓਜ਼ ਨੇ। ਦੂਸਰਾ, ਪੁਲਿਸ ਫਿਰ ਜਿਸ ਅੰਦਾਜ਼ ਦੇ ਵਿੱਚ ਜਾ ਕੇ ਉਸ ਗੁਰਦੁਆਰੇ ਨੂੰ ਜਿੱਥੇ ਕਿ ਇਹ ਨਿਹੰਗ ਸਿੰਘਾਂ ਦਾ ਗਰੁੱਪ, ਹਾਲਾਂਕਿ ਕੋਈ ਉਹਦੇ ਚ ਨਿਹੰਗ ਸਿੰਘ ਕੋਲ 20-25 ਨਹੀਂ ਨੇ, ਜੇ ਅਸੀਂ ਇਹਨਾਂ ਦੇ ਨਾਲ ਹੀ ਕੰਪੈਰੀਜ਼ਨ ਕਰਨਾ ਹੋਏ, ਅਜੇ ਕੁਛ ਅਰਸਾ ਪਹਿਲਾਂ ਜਿਹਨਾਂ ਨੂੰ ਕਿਵਾੜੀਆ ਕਿਹਾ ਜਾਂਦਾ ਹੈ, ਸ਼ਿਵ ਭਗਤ, ਜਿਹਨਾਂ ਜਿਹੜੇ ਗੁੰਡਾਗਰਦੀ ਕਰਦੇ ਆ, ਉੱਥੋਂ ਬਨਾਰਸ ਤੋਂ ਤੁਰਦੇ ਨੇ, ਰਾਹ ਦੇ ਵਿੱਚ ਗੱਡੀਆਂ ਵੀ ਤੋੜਦੇ ਨੇ, ਦੂਜੇ UP ਦੀ ਪੁਲਿਸ ਉਹਨਾਂ ਦੇ ਉੱਤੇ ਜਿਹੜੀ ਹੈ ਉਹਨਾਂ ਦਾ DGP ਦੂਜਾ ਹੈਲੀਕਾਪਟਰ ਰਾਹੀਂ ਫੁੱਲ ਬਰਸਾ ਰਹੇ ਨੇ, ਦਿੱਲੀ ਤੱਕ ਪਹੁੰਚਦੇ ਉਹ ਗੁੰਡਾਗਰਦੀ ਕਰਦੇ ਆਉਂਦੇ ਨੇ। ਉਹ ਵੀ ਇੱਕ ਧਾਰਮਿਕ ਜਿਹੜਾ ਸੈਕਸ਼ਨ ਹੈ ਕਿ ਜੀ ਅਸੀਂ
ਸ਼ਿਵ ਭਗਤ ਹੈ। ਉਹਨਾਂ ਨੇ ਕਿਹਾ ਜੀ ਕੋਈ ਨੀ ਇਹ ਸ਼ਿਵ ਭਗਤ ਨੇ, ਇਹਨਾਂ ਨੇ ਜੇ ਕਰ ਵੀ ਲਈ ਗੁੰਡਾਗਰਦੀ, ਕਾਰਾਂ ਤੋੜਤੀਆਂ, ਲੋਕਾਂ ਦੀ ਮਾਰ ਕਟਾਈ ਕੀਤੀ, ਪਰ ਉਹ ਤਾਂ ਸ਼ਿਵ ਜੀ ਦੀ ਭਗਤੀ ਥੱਲੇ ਲੁਕ ਜਾਂਦੀ ਹੈ। ਲੇਕਿਨ ਦੂਸਰੇ ਪਾਸੇ ਉਹ ਪਰੰਪਰਾ, ਔਰ ਇਹਦੇ ਥੱਲੇ ਜਦੋਂ ਮੈਂ ਹੁਣ ਮੀਡੀਆ ਦਾ ਵਰਤਾਰਾ ਦੇਖ ਰਿਹਾ, ਪਹਿਲਾਂ ਮੈਂ ਆਪਣਿਆਂ ਦੀ ਗੱਲ ਕਰ ਲਾਂ ਵੀ ਸਾਡੇ ਤਾਂ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਟਾਈਗਰ ਨੇ ਉਹ ਲੱਗ ਪਏ ਨੇ ਕਿ ਜੀ ਇਹ ਫਲਾਣਾ ਤੇ ਟਿਮਕਾ ਵਿੱਚ ਹੀ ਸਾਰਿਆਂ ਨੂੰ ਭਾਈ ਇਹੀ ਨਿਹੰਗ, ਜਦੋਂ ਤੁਹਾਡੀ ਇੰਦਰਾ ਗਾਂਧੀ ਦੇ ਕਹਿਣ ਤੇ ਦਰਬਾਰ ਸਾਹਿਬ ਢਾਇਆ ਗਿਆ June 84 ਤੇ ਨਿਹੰਗਾਂ ਦਾ ਮੁਖੀ ਸਤਾ ਸਿੰਘ ਜਿਹੜਾ ਉਹ ਆਪਣੀ ਨਿਹੰਗ ਜਲ ਹੀ ਲੈ ਕੇ ਲੋਕਾਂ ਨੂੰ ਦਰਬਾਰ ਸਾਹਿਬ ਦੀ ਕਾਰ ਸੇਵਾ ਦੇ ਲਈ ਸਰਕਾਰ ਲਿਆਉਂਦੀ ਹੈ, ਉਦੋਂ ਤੁਸੀਂ ਤਾਰੀਫਾਂ ਨਾਲ ਭਰੇ ਹੁੰਦੇ ਸੀ ਕਿ ਜੀ ਦੇਖੋ ਬੇਸ਼ੱਕ ਸਿੱਖਾਂ ਨੇ ਸਾਰੇ ਅਕਾਲੀਆਂ ਨੇ ਇਹ ਮਾੜਾ ਕੰਮ ਕੀਤਾ, ਦੇਖੋ ਬਾਬਾ ਸੰਤਾ ਸਿੰਘ ਉਦੋਂ ਤਾਂ ਇਹਨਾਂ ਦਾ ਮੀਡੀਆ ਇੱਕ ਤੋਂ ਬਾਅਦ ਇੱਕ ਉਹਨਾਂ ਨੂੰ ਹਾਲਾਂ, ਬੇਸ਼ੱਕ ਸਾਡਾ ਜਿਹੜੀ ਨਿਹੰਗ ਪਰੰਪਰਾ ਹੈ ਇਸ ਦਾ ਇੱਕ ਆਪਣਾ ਇਤਿਹਾਸ ਹੈ ਜਿਹੜਾ ਬੜਾ ਪ੍ਰਾਈਡ ਹਿਸਟਰੀ ਰਹੀ ਹੈ, ਪਰ ਅਜੋਕੇ ਪੀਰੀਅਡ ਦੇ ਵਿੱਚ ਬਹੁਤ ਵਾਰ ਅਸੀਂ ਦੇਖਿਆ ਕਿ ਕਿਵੇਂ ਉਹਨੂੰ ਹਕੂਮਤਾਂ ਨੇ ਵਰਤਿਆ, ਅੰਗਰੇਜ਼ਾਂ ਨੇ ਵੀ ਵਰਤਿਆ ਸੀ ਕੂਕਿਆਂ ਦਾ ਦੀ ਵਿਰੋਧਤਾ ਤੋਂ ਸ਼ੁਰੂ ਕਰਵਾ ਕੇ ਉਹ ਸਾਰੇ ਪੀਰੀਅਡ ਗੁਰਦੁਆਰਾ ਸੁਧਾਰ ਲਹਿਰ ਦੇ ਵੇਲੇ ਵੀ ਗੁਰਦੁਆਰੇ ਇੱਕ ਪਾਸੇ ਉਦਾਸੀ ਮਹੰਤਾਂ ਤੋਂ ਲਿਬਰੇਟ ਕਰਵਾਏ, ਦੂਸਰੇ ਪਾਸੇ ਜਿਹੜਾ ਅਕਾਲ ਤਖ਼ਤ ਹੈ ਉਹ ਤਾਂ ਇਹਨਾਂ ਦੇ ਕੋਲ ਕਬਜ਼ੇ 'ਚ ਸੀ ਨਿਹੰਗਾਂ ਦੇ ਕੋਲ, ਜਿਹੜੇ ਬਾਅਦ 'ਚ ਬੁਝ ਅਕਾਲੀ ਫੂਲਾ ਸਿੰਘ ਚਲੇ ਗਏ। ਫਿਰ ਅਸੀਂ ਦੇਖਦੇ ਹਾਂ ਕਿ 47 ਤੋਂ ਬਾਅਦ ਹਰ ਨਿਹੰਗ ਮੁਖੀ ਨੂੰ ਜਿੰਨੀਆਂ ਵੱਡੀਆਂ ਰੈਲੀਆਂ ਪ੍ਰਾਈਮ ਮਿਨਿਸਟਰ ਜਾਂ ਦੂਜਿਆਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਕਲਰਫੁੱਲ ਬਿਠਾਇਆ ਹੁੰਦਾ ਸੀ ਅੱਗੇ, ਔਰ ਕਿਵੇਂ June 84 ਤੋਂ ਬਾਅਦ ਵੀ ਉਹਨਾਂ ਨੂੰ ਵਰਤਿਆ ਕਾਰ ਸੇਵਾ ਦੇ ਨਾਂ ਥੱਲੇ ਵੀ, ਔਰ ਹਮੇਸ਼ਾ ਹੀ ਜਿਹੜਾ ਉਹ ਗਵਰਨਮੈਂਟ ਜਿਹੜੀ ਵੀ ਹੁੰਦੀ ਆ ਉਹਦੇ ਹੱਕ ਚ ਭੁਗਤਾਇਆ ਜਾਂਦਾ। ਲੇਕਿਨ ਇਸ ਵੇਲੇ ਇਸ ਸਿੰਗੂਲਰ ਘਟਨਾ ਨੂੰ ਜਿਹਦੇ ਚ ਸਿਰਫ 2 ਬੰਦੇ ਇਨਵੋਲਵ ਨੇ, ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਨ ਦਾ ਗਾਈਜ਼ ਗੂਨਸ ਇਨ ਦਾ ਗਾਈਜ਼ ਆਫ ਨਿਹੰਗਸ, ਕਿ ਵੀ ਤੁਸੀਂ ਕਿਹੜੀ ਪੜਤਾਲ ਕੀਤੀ ਹੈ, ਕੌਣ ਹੈ, ਉਸੇ ਪਿੰਡ ਦੇ ਹੀ ਨੇੜੇ ਤੇੜੇ ਦੇ ਰਹਿਣ ਵਾਲੇ ਨੇ। ਔਰ ਉਹ ਜਦੋਂ ਆਪਣੇ ਗੁਰਦੁਆਰਾ ਸਾਹਿਬ ਵੀ ਪਹੁੰਚ ਜਾਂਦੇ ਨੇ ਜਿਹੜਾ ਗੁਰਦੁਆਰੇ ਦਾ ਨਾਂ ਖਿਚੜੀ ਸਾਹਿਬ ਕਰਕੇ ਹੈ, ਔਰ ਫਿਰ ਕਿਸ ਤਰੀਕੇ ਦੇ ਨਾਲ ਸੈਂਕੜਿਆਂ ਕਮਾਂਡੋ ਉਹਨਾਂ ਦੀਆਂ ਸਮਾਈ ਜਿਹੜੀਆਂ ਨੇ ਪੈਰਾ ਫੋਰਸਿਸ ਔਰ ਪੁਲਿਸ ਉਹਦੇ ਤੇ ਧਾਵਾ ਕਰਦੀ ਹੈ, ਭਾਈ ਜੇ ਤੁਸੀਂ ਉਹਨਾਂ ਨੂੰ ਪਿੱਛਾ ਕੀਤਾ ਪਹੁੰਚ ਗਏ, ਹੁਣ ਗੱਲ ਜੇ ਤੁਹਾਡੇ ਲਾਅ ਦੇ ਮੁਤਾਬਕ ਵੀ ਗ੍ਰਿਫਤਾਰੀ ਦੀ ਹੈ, ਉਹਨੂੰ ਵੇਟ ਕੀਤਾ ਜਾ ਸਕਦਾ ਹੈ, ਉਹਨੂੰ ਘੇਰਾ ਪਾਇਆ ਜਾ ਸਕਦਾ ਹੈ, ਏਡਾ ਜਿਹੜਾ ਕਿਹੜਾ ਤੁਹਾਡਾ ਪਾਰਟ ਹੈ ਵੀ ਤੁਸੀਂ ਗੋਲੀ ਚਲਾਈ ਹੈ ਔਰ ਅੰਦਰ ਗੁਰਦੁਆਰੇ ਦੇ ਜਾ ਕੇ ਉਹਨਾਂ ਨੂੰ ਚੁੱਕ ਕੇ ਲਿਆਣਾ, ਔਰ ਫਿਰ ਜਿਹੜੀ ਕਹਾਣੀ ਬਿਲਡ ਕੀਤੀ ਜਾ ਰਹੀ। ਹੁਣ ਇਹ ਹੈ ਜੀ ਹਥਿਆਰ ਕੀ ਬਰਾਮਦ ਹੋਏ, ਬਹੁਤ ਸਾਰੀਆਂ ਤਲਵਾਰਾਂ ਬਰਛੇ ਔਰ ਗੈਸ ਦੇ ਕਨਸਤਰ, ਕਿ ਜੀ ਉਹਨਾਂ ਨੇ ਗੈਸ ਉਹ ਭਾਈ ਜਿਹਨਾਂ ਥਾਵਾਂ ਤੇ ਰੋਟੀ ਬਣਦੀ ਹੈ ਘਰਾਂ ਚ ਗੈਸ ਨੀ ਹੁੰਦੀ, ਘਰਾਂ ਚ ਰੱਖੀ ਗੈਸ ਨੂੰ ਤੁਸੀਂ ਜਾ ਕੇ ਵੈਪਨ ਦਿਖਾਓਗੇ, ਔਰ ਜੀ ਇਹ ਬਰਛੇ ਤੇ ਤਲਵਾਰਾਂ ਬਹੁਤ ਘੱਟ ਨੂੰ ਸ਼ਾਇਦ ਪਤਾ ਹੋਏ ਕਿ ਨਿਹੰਗ ਜਿਹੜੇ ਹੁੰਦੇ ਨੇ ਜਦੋਂ ਇਹਨਾਂ ਨੂੰ ਮਾਨਤਾ ਇਹਨਾਂ ਦੇ ਪਰਮਿਟ ਬਣਦੇ ਨੇ ਜਿਹੜੇ ਸਾਰੇ ਸ਼ਸਤਰ ਤਲਵਾਰ ਰੱਖਣਾ ਵੈਸੇ ਹੀ ਹਰ ਸਿੱਖ ਦਾ ਹੱਕ ਕੰਸਟੀਟਿਊਸ਼ਨ ਨੇ ਦਿੱਤਾ ਹੋਇਆ, ਔਰ ਇਸੇ ਤਰ੍ਹਾਂ ਬਰਛਾ ਢਾਲ ਕਟਾਰਾ ਦੂਜੇ ਚੱਕਰ ਇਹ ਸਾਰਿਆਂ ਦਾ ਜਦੋਂ ਤੁਸੀਂ ਨਿਹੰਗ ਆਰਗੇਨਾਈਜੇਸ਼ਨ ਨੂੰ ਜੁਆਇਨ ਕਰਦੇ ਹੋ ਇਹ ਤੁਹਾਡਾ ਲੀਗਲ ਰਾਈਟ ਹੁੰਦਾ, ਇਸੇ ਲਈ ਉਹ ਪੂਰੇ ਹਥਿਆਰਾਂ ਨਾਲ ਜਿਹੜੇ ਨੇ ਲੈਸ ਜਿਹੜੇ ਫਾਇਰ ਆਰਮ ਹੈ ਉਹ ਤੁਸੀਂ ਨਹੀਂ ਰੱਖ ਸਕਦੇ, ਉਹਦੇ ਲਈ ਜਿਵੇਂ ਆਮ ਫਾਇਰ ਆਰਮ ਵਾਲੇ ਨੂੰ ਲਾਇਸੈਂਸ ਲੈਣਾ ਪੈਂਦਾ ਉਹਨਾਂ ਨੂੰ ਵੀ ਲੈਣਾ ਪੈਂਦਾ, ਹਾਲਾਂ ਅੰਦਰੋਂ ਕੋਈ ਬੰਦੂਕ ਕੋਈ ਫਾਇਰ ਆਰਮ ਬਰਾਮਦ ਨਹੀਂ ਹੋਇਆ, ਉਹ ਮਰੇ ਕਾਰਤੂਸ ਰੱਖ ਕੇ ਗਿਆ ਜੀ, ਇਹ ਕਾਰਤੂਸ ਨੇ ਅਸੀਂ ਖੇਤਾਂ ਦੇ ਵਿੱਚ ਲੱਭ ਰਹੇ ਹਾਂ ਕਿ ਵੀ ਹਥਿਆਰ ਕਿੱਥੇ ਨੇ, ਔਰ ਉਹ ਜਿਹੜੇ ਤਲਵਾਰਾਂ ਜਾਂ ਦੂਜੀਆਂ ਉਹਨਾਂ ਦੀਆਂ ਨੇ, ਔਰ ਉਹਨਾਂ ਨੇ ਜਿਵੇਂ ਅੰਦਰ ਗੁੰਡਾਗਰਦੀ ਕੀਤੀ ਹੈ ਜਾ ਕੇ, ਈਵਨ ਤਾਬਿਆ ਦੇ ਵਿੱਚ ਜਿਹੜੀ ਬੀਬੀ ਬੈਠੀ ਸੀ ਉਹਨਾਂ ਉਹਨੂੰ ਉਠਾ ਕੇ ਗ੍ਰਿਫਤਾਰ ਕੀਤਾ ਔਰ ਪਿੰਡ ਦਾ ਗ੍ਰੰਥੀ ਉਹਦੀ ਥਾਂ ਤੇ ਬਿਠਾਇਆ, ਔਰ ਇਸ ਅੰਦਾਜ਼ ਦੇ ਵਿੱਚ ਨਾ ਉਹ ਬੀਬੀ ਉਹਦਾ ਹਿੱਸਾ ਸੀ ਜਿਹੜਾ, ਕਿਉਂਕਿ ਇੱਕ ਆਮ ਗੱਡੀ ਹੈ ਜਿਹੜਾ ਓਪਨ ਜਿਹੜਾ ਓਪਨ ਜਾਂ ਉਹਨੂੰ ਕੀ ਕਹਿੰਦੇ ਨੇ ਟੋ ਟਰੱਕ ਟਾਈਪ, ਟੋ ਟਰੱਕ ਤਾਂ ਨਹੀਂ ਹੈ ਮੈਂ ਉਸ ਨੂੰ ਕਿ ਉਹਦੇ ਪਿੱਛੋਂ ਖੁੱਲਿਆ ਉਹ, ਔਰ ਅੰਦਰ ਜਿਹੜੇ ਨੇ ਸਿਰਫ 2 ਬੰਦੇ ਬਾਹਰ ਨਿਕਲਦੇ ਨੇ ਜਦੋਂ ਕਿ ਹਮਲੇ ਵਾਲੀ ਗੱਲ ਹੁੰਦੀ ਹੈ, ਜੇ ਤੁਹਾਡਾ ਕਾਨੂੰਨ ਹੈ ਉਹਨਾਂ ਨੇ ਕੋਈ ਜ਼ੁਲਮ ਕੀਤਾ ਉਹਨੂੰ ਸਜ਼ਾ ਦਿਓ, ਲੇਕਿਨ ਜਿਸ ਅੰਦਾਜ਼ ਫਿਰ ਇਹਨੂੰ ਇੱਕ ਪਾਸੇ ਪੁਲਿਸ ਦੀ ਐਫੀਸ਼ੈਂਸੀ ਦੇ ਨਾਲ ਜੋੜਿਆ ਗਿਆ, ਦੂਜੇ ਪਾਸੇ ਉਹਨਾਂ ਦਾ ਜਿਹੜਾ ਨਿਹੰਗਾਂ ਦੇ ਹਵਾਲੇ ਦੇ ਨਾਲ ਸਾਰੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਲਾਈਨ ਰਹੀ, ਔਰ ਇਸ ਵੇਲੇ ਜਿਹੜੇ ਗੁਲਾਮੀ ਦਾ ਇੱਕ ਚਿੰਨ ਹੁੰਦਾ ਕਿ ਭਾਈ ਉਹ ਜਿਵੇਂ ਮੈਂ ਅਕਸਰ ਅਮਰੀਕਾ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਜਦੋਂ ਇੱਥੇ ਸਲੇਵਰੀ ਸੀ ਕਾਲਿਆਂ ਨੂੰ ਜਿਹੜਾ ਉਹ
ਸਲੇਵ ਦੇ ਤੌਰ ਤੇ ਰੱਖਿਆ ਜਾਂਦਾ ਸੀ, ਤੇ ਜੇ ਮਾਲਕ ਬਿਮਾਰ ਹੋਏ ਤੇ ਅਗਲੇ ਦਿਨ ਉੱਠਦੇ ਆ ਉਹ ਨੌਕਰ ਉਹਨੂੰ ਕਹਿੰਦਾ ਹੁੰਦਾ ਸੀ ਕਿ ਮਾਸਾ ਆਰ ਵੀ ਸਿਕ ਟੂਡੇ, ਕਿ ਉਹ ਵੀ ਆਪ ਖੁਦ ਹੀ ਬਿਮਾਰ ਹੋ ਜਾਂਦਾ ਸੀ, ਔਰ ਜਿਹੜਾ ਰਿਐਕਸ਼ਨ ਇਮੀਡੀਏਟਲੀ SGPC ਹੋਏ, ਦਿੱਲੀ ਕਮੇਟੀ ਹੋਏ, ਈਵਨ ਉਹ ਜਾਲੀ ਨੇ ਅੰਗਾਂ ਦਾ ਇੱਕ ਮੁਖੀ ਰੱਖਿਆ ਹੋਇਆ ਉਹਨਾਂ ਦਾ ਹੋਏ, ਇਹ ਸੈਲਫ ਕੰਡਮਨੇਸ਼ਨ। ਮੈਂ ਇਹ ਨਹੀਂ ਕਹਿੰਦਾ ਕਿ ਭਾਈ ਗਲਤ ਨੂੰ ਜਸਟੀਫਾਈ ਕਰਨਾ ਚਾਹੀਦਾ, ਪਰ ਤੁਸੀਂ ਪਹਿਲਾਂ ਘਟਨਾ ਦੀ ਤਫਤੀਸ਼ ਤਾਂ ਕਰ ਲਓ, ਇਨਵੈਸਟੀਗੇਟ ਕਰ ਲਓ, ਉਹਦਾ ਪਰਸਪੈਕਟਿਵ ਦੇਖੋ, ਉਹਦਾ ਕੰਟੈਕਸਟ ਦੇਖੋ। ਇੱਕ ਟਿਫ ਹੈ ਦੋ ਗਰੁੱਪਾਂ ਦੇ ਵਿੱਚ ਜਾਂ ਦੋ ਬੰਦਿਆਂ ਦੇ ਵਿੱਚ, ਇਹ ਠੀਕ ਹੈ ਕਿ ਭਾਈ ਪੁਲਿਸ ਆਪਣੀ ਡਿਊਟੀ ਕਰ ਰਹੀ ਸੀ, ਪਰ ਹੋਇਆ ਕੀ ਹੈ? ਔਰ ਉਸ ਸਾਰੇ ਦਾ ਲੇਕਿਨ ਇਹ ਇੱਕ ਗੁਲਾਮੀ ਦਾ ਚਿੰਨ੍ਹ ਬਣ ਗਿਆ ਸਾਡਾ, ਕਿ ਅਸੀਂ ਇੱਕ ਪਾਸੇ ਤਾਂ ਹਿੰਦੂਤਵੀ ਮੀਡੀਆ ਔਰ ਦੂਜੇ ਆਪਣੇ ਕੰਮ ਤੇ ਲੱਗੇ ਹੋਏ ਨੇ, ਪਰ ਅਸੀਂ ਮੋਰ ਲੋਇਲ ਦੈਨ ਦਾ ਕਿੰਗ ਵਾਲਾ ਐਟੀਚਿਊਡ ਰੱਖਦੇ ਹਾਂ। ਬਿਲਕੁਲ ਨੈਗੇਟਿਵਿਟੀ ਫੜੀ ਹੋਈ ਹੈ, ਜਿਹੜਾ ਬਿਹੇਵੀਅਰ ਮੈਂ ਸਮਝਦਾ ਵੀ ਸਾਡੇ ਉੱਥੇ ਬੈਠੇ ਬਹੁਤ ਸਾਰਿਆਂ ਦੀ ਗੁਲਾਮ ਜ਼ਹਿਨੀਅਤ ਦਾ ਪ੍ਰਤੀਕ ਹੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਕਿ ਇਸ ਘਟਨਾਕ੍ਰਮ ਦੇ ਵਿੱਚ ਜੇ ਸਾਈਡ ਨਾ ਵੀ ਲੈਣੀ ਹੋਏ, ਇੱਕ ਪਾਸੜ ਗੱਲ ਨਾ ਵੀ ਕਰਨੀ ਹੋਏ, ਤਾਂ ਇਹ ਗੱਲ ਜ਼ਰੂਰ ਦੇਖਣ ਵਾਲੀ ਬਣਦੀ ਹੈ ਵੀ ਜਿੱਥੇ ਇੱਕ ਵਰਜਨ ਇੱਕ ਪਾਸੜ ਤੁਹਾਡੇ ਕੋਲ ਜਾਣਕਾਰੀ ਹੈ, ਦੂਜਾ ਪਾਠੀ ਤੁਹਾਡੇ ਕੋਲ ਹੈ ਨਹੀਂ, ਤੇ ਤੁਸੀਂ ਉਹਨਾਂ ਨੂੰ ਭੰਡਣ ਤੇ ਜਿਹੜਾ ਜ਼ੋਰ ਹੈ ਉਹ ਦਿੱਤਾ ਹੋਇਆ। ਇੱਥੇ ਇੱਕ ਹੋਰ ਜਿਹੜੀ ਡਿਵੈਲਪਮੈਂਟ ਹੈ ਉਹਦਾ ਮੈਂ ਜ਼ਿਕਰ ਕਰਨਾ ਚਾਹੂੰਗਾ। ਹੁਸ਼ਿਆਰਪੁਰ ਤੋਂ ਜਿਹੜੇ ASP ਰੇਡੀਓ ਇੱਥੇ ਉਹਨਾਂ ਦੇ ਬੰਦੇ ਹੈਗੇ ਆ, ਉੱਥੇ ਸਰਦਾਰ ਉਹਨਾਂ ਦਾ ਨਾਮ ਹੈਗਾ ਆ ਸੱਜਣ ਕਰਕੇ, ਭੁਪਿੰਦਰ ਸਿੰਘ ਸੱਜਣ, ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਤੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨੇ ਆਪਣਾ ਜਿਹੜਾ ਫੇਸਬੁੱਕ ਪੇਜ ਹੈਗਾ ਉਹਨਾਂ ਦਾ, ਉਹਦੇ ਤੇ ਲਾਈਵ ਹੋ ਕੇ ਗੱਲ ਕਹੀ ਹੈ ਕਿ ਉਹਨਾਂ ਨੇ ਇਸ ਸ਼ੋਅ ਦੇ ਇਸ ਘਟਨਾਕ੍ਰਮ ਦੇ ਉੱਤੇ ਜਿਹੜੀ ਇਹ ਪਟਿਆਲੇ ਦੇ ਵਿੱਚ ਹੋਈ ਹੈ ਜਿਹਦਾ ਅਸੀਂ ਜ਼ਿਕਰ ਕੀਤਾ, ਇਹਦੇ ਉੱਤੇ ਸ਼ੋਅ ਰਿਕਾਰਡ ਕੀਤਾ, ਇਹਦੇ ਤੇ ਸ਼ੋਅ ਕੀਤਾ, ਤੇ ਉਹਦੇ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਉਹਨਾਂ ਦੇ ਘਰ ਆਈ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਸੋ ਹਰਜੀਤ, ਜਿਹੜੇ ਆਪਣੇ ਇਹ ਸੱਜਣ ਹੈਗੇ ਆ, ਉਹ ਭੁਪਿੰਦਰ ਸਿੰਘ ਸੱਜਣ, ਉਹ ਇਨਸਾਨ ਨੇ ਜਿਹੜੇ ਜਿਹੜੀਆਂ ਵੀ ਉੱਥੇ ਸਿੱਖਾਂ ਦੇ ਨਾਲ ਰਿਲੇਟਡ ਘਟਨਾਵਾਂ ਵਾਪਰਦੀਆਂ ਨੇ, ਉਹ ਸਿੱਖ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਹੋਣ ਜਾਂ ਅਦਰਵਾਈਜ਼ ਹੋਣ, ਉਹਦੇ ਵਿੱਚ ਉਹ ਆਪਣਾ ਜਿਹੜਾ ਸਿੱਖਾਂ ਦਾ ਪੱਖ ਹੈਗਾ ਉਹ ਸਾਹਮਣੇ ਲੈ ਕੇ ਆਉਂਦੇ ਨੇ, ਤੇ ਜਿੱਥੇ ਸਰਕਾਰੀ ਤਸ਼ੱਦਦ ਦੀ ਗੱਲ ਹੁੰਦੀ ਹੈ ਉਹ ਵੀ ਉਹ ਸਾਹਮਣੇ ਰੱਖਦੇ ਆ। ਸੋ ਪਤਾ ਨੀ ਹੁਣ ਜਿੰਨੀ ਕੁ ਜਾਣਕਾਰੀ ਹੁਣ ਆਈ ਹੈ, ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਪਟਿਆਲੇ ਦੇ ਜਿਹੜਾ ਇਹ ਘਟਨਾਕ੍ਰਮ ਹੈ ਸ਼ੋਅ ਕੀਤਾ ਹੈ ਉਹਦੇ ਤੇ, ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹਨਾਂ ਨੂੰ ਪੁਲਿਸ ਉੱਥੋਂ ਉਹ ਲੈ ਕੇ ਜਾਂਦੀ ਹੈ। ਸੋ ਕੀ ਜਿਹੜਾ ਇਹ ਘਟਨਾਕ੍ਰਮ ਹੈ ਇਹਨੂੰ ਵੀ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ, ਤੇ ਜਿਹੜਾ ਪੁਲਿਸ ਦਾ ਰਵੱਈਆ ਹੈ ਪ੍ਰੈਸ ਦੀ ਮੀਡੀਆ ਦੀ ਆਜ਼ਾਦੀ ਦੇ ਉੱਤੇ, ਉਸ ਪਰਸਪੈਕਟਿਵ ਤੋਂ ਇਹਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਅਗੇਨ ਗੱਲ ਉੱਥੇ ਜਾਂਦੀ ਹੈ ਵੀ ਜਿਹੜਾ ਅਥਾਰਿਟੇਰੀਅਨਿਜ਼ਮ ਹੈ ਇਸ ਵੇਲੇ ਤਾਕਤ ਦੀ ਕੁਵਰਤੋਂ ਹੈ, ਗਲਤ ਵਰਤੋਂ ਹੈ, ਔਰ ਤਾਕਤ ਦੇ ਡੰਡੇ ਨਾਲ ਹਰ ਇੱਕ ਦੀ ਆਵਾਜ਼ ਬੰਦ ਕਰਾਉਣ ਦੀ ਲਾਈਨ ਹੈ, ਉਹ ਉਹਦੀਆਂ ਘਟਨਾਵਾਂ ਲਗਾਤਾਰਤਾ ਦੇ ਨਾਲ ਅਸੀਂ ਦੇਖ ਰਹੇ ਹਾਂ। ਗੁਰਪਤਵੰਤ ਸਿੰਘ ਪੰਨੂ ਜਿਹੜੀ ਕਿ ਇੱਕ NGO ਹੈ, ਨੋਨ ਪ੍ਰੋਫਿਟ, ਜਿਹੜੀ UN ਚਾਰਟਰ ਦੇ ਥੱਲੇ ਰੈਫਰੈਂਡਮ 2020 ਦੇ ਮੂਵ ਨੂੰ ਜਿਹਨਾਂ ਨੇ ਸ਼ੁਰੂ ਕੀਤਾ ਹੋਇਆ, ਔਰ ਜਿਸ ਅੰਦਾਜ਼ ਦੇ ਵਿੱਚ ਦਿਨਕਰ ਗੁਪਤਾ ਨੇ ਡਾਇਰੈਕਟ ਆਰਡਰ ਕਰਕੇ ਕੇਸ ਰਜਿਸਟਰ ਕਰਵਾਇਆ, ਕਿਉਂਕਿ ਇਹਨਾਂ ਦੀ ਸੰਸਥਾ ਸਿਕਸ ਫਾਰ ਜਸਟਿਸ ਨੇ ਕਿਹਾ ਸੀ ਕਿ ਜਿਹੜੇ ਵੀ ਉੱਥੇ ਕੋਰੋਨਾ ਨਾਲ ਪੀੜਿਤ ਹੋਣਗੇ ਉਹਨਾਂ ਨੂੰ ਅਸੀਂ 2,000 ਰੁਪਏ ਔਰ ਬਾਕੀ ਲੋੜੀਂਦੀ ਮਦਦ ਕਰਾਂਗੇ। ਹੁਣ ਇਹਨੂੰ ਦੇਸ਼ ਧਰੋਹ ਦੇ ਖਾਤੇ 'ਚ ਪਾ ਦਿੱਤਾ ਔਰ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਜਿਹੜੇ ਨੇ ਕੀਤੇ ਨੇ। ਸੋ ਇਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਟ੍ਰੈਂਡ ਕੀ ਹੈ। ਦੂਸਰੀ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਸਾਰੇ ਮੀਡੀਆ ਨੇ ਦਿੱਤੀ, ਇਸ ਵੇਲੇ ਜਿਹੜੇ ਕੁਛ ਪਬਲੀਕੇਸ਼ਨਸ ਨੇ, ਭਾਵੇਂ ਉਹ ਔਨ ਦਾ ਨੈਟ ਹੀ ਨੇ, ਉਹਨਾਂ 'ਚ ਦਾ ਵਾਇਰ ਹੈ, ਪ੍ਰਿੰਟ ਹੈ, ਜਿਹੜੇ ਘੱਟੋ ਘੱਟ ਹੈ ਤਾਂ ਪੱਕੇ ਨੈਸ਼ਨਲਿਸਟ ਨੇ ਸਿੱਖਾਂ ਦੇ ਮਾਮਲੇ 'ਚ, ਆਉਂਦਿਆਂ ਤਾਂ ਇਹ ਵੀ ਕਈ ਵਾਰ ਉਹੀ ਭੁਗਤਦੇ ਨੇ ਜਿਵੇਂ ਹਿੰਦੂਤਵ ਵੀ ਭੁਗਤਦੇ ਨੇ, ਪਰ ਘੱਟੋ ਘੱਟ ਕਸ਼ਮੀਰ ਦੇ ਮੁੱਦੇ ਤੇ ਜਾਂ ਮੁਸਲਮਾਨਾਂ ਦੇ ਮੁੱਦੇ ਤੇ ਜਾਂ ਮੋਦੀ ਜਿਸ ਤਰੀਕੇ ਨਾਲ ਦੇਸ਼ ਦਾ ਥੱਲਾ ਲਾ ਰਿਹਾ, ਔਰ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਇੱਕ ਸਿਆਣਾ ਬੰਦਾ ਉਹ ਹੁੰਦਾ ਜਿਹੜਾ ਆਪਣੇ ਐਡਵਾਈਜ਼ਰ ਨਾਲ ਸਿਆਣੇ ਰੱਖੇ, ਪਰ ਉਹ ਤਾਂ ਆਪਣੇ ਆਪ ਹੀ ਸਾਇੰਟਿਸਟ ਵੀ ਹੈ, ਪੋਲੀਟੀਸ਼ੀਅਨ ਵੀ ਹੈ, ਸਮਾਜ ਵਿਗਿਆਨੀ ਵੀ ਹੈ, ਇਕੋਨੋਮਿਸਟ ਵੀ ਹੈ, ਉਹਨੇ ਉਹਨੂੰ ਜਿਹੜਾ ਉਹਦਾ ਮਿਨਿਸਟਰ ਫਾਈਨੈਂਸ ਦਾ ਬਣਾਇਆ ਜਿਹਨੂੰ ABC ਨਹੀਂ ਆਉਂਦੀ, ਜਿਹਦਾ ਕੋਈ ਲਾਗਾ ਦੇਗਾ ਰਾਜਨਾਥ ਸਿੰਘ ਜਿਹੜਾ ਹਲ ਚਲਾਉਂਦਾ ਹੈ ਉਹਨੂੰ ਉਹ ਡਿਫੈਂਸ ਮਿਨਿਸਟਰ ਦੇ ਖਾਤੇ 'ਚ ਪਾਇਆ ਹੋਇਆ, ਔਰ ਕਿਵੇਂ ਉਹ ਚਲਾ ਰਿਹਾ,
ਸੋ ਇਹ ਜਿਹੜੇ ਪਬਲੀਕੇਸ਼ਨਸ ਦਾ ਮੈਂ ਨਾਮ ਲਿਆ ਹੈ, ਇਹ ਇਹਨਾਂ ਦੇ ਉੱਤੇ ਸਵਾਲ ਚੁੱਕਦੇ ਨੇ ਕਿ ਭਾਈ ਆ ਇਹਨਾਂ ਦੀਆਂ ਨੀਤੀਆਂ ਦੇਸ਼ ਨੂੰ ਡੋਬਣਗੀਆਂ, ਅਲਟੀਮੇਟਲੀ ਦੇਸ਼ ਨੂੰ ਤੋੜਨਗੀਆਂ। ਸਿਧਾਰਥ ਵਰਦ ਰਾਜਨ, ਇੱਕ ਮੈਂ ਇਸਨੂੰ ਇੰਡੀਵਿਜੁਅਲੀ ਵੀ ਜਾਣਦਾ, 90-91 ਦੇ ਵਿੱਚ ਇਹ ਇੱਥੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ PhD ਕਰਦਾ ਸੀ। ਇੱਥੋਂ ਜਾ ਕੇ ਅਸੀਂ ਇੱਕ ਦੋ ਪੈਨਲਸ ਦੇ ਵਿੱਚ ਵੀ, ਇੱਥੇ ਥਰਡ ਵਰਲਡ ਬ੍ਰਾਡਕਾਸਟਿੰਗ TV ਹੁੰਦਾ ਸੀ ਜੀ, ਉਹਦੇ ਚ ਮੇਰੇ ਨਾਲ ਇਹ ਪੈਨਲਿਸਟ ਵੀ ਸੀ ਜਦੋਂ ਬਾਬਰੀ ਮਸੀਦ ਢਾਈ ਹੈ 6 ਦਸੰਬਰ 1992 ਨੂੰ। ਉਸ ਪੈਨਲ ਚ ਵੀ ਜਿਹੜਾ ਸਿਧਾਰਥ ਵਰਦ ਰਾਜਨ, ਮੈਂ ਔਰ ਇੱਕ ਜਿਹੜੀ ਟਾਈਮਸ ਆਫ ਇੰਡੀਆ ਦੀ ਜਰਨਲਿਸਟ ਐਂਡ ਦੂਜੇ ਸੀ, ਮੈਂ ਇਸ ਲਈ ਰੈਫਰ ਕਰ ਰਿਹਾ ਕਿ ਇਹ ਇੱਕ ਰੋਸ਼ਨ ਦਿਮਾਗ ਔਰ ਆਊਟ ਆਫ ਬਾਕਸ ਸੋਚਣ ਵਾਲਾ। ਫਿਰ ਇਹਨੇ ਜਿਹੜਾ ਇੰਡੀਅਨ ਐਕਸਪ੍ਰੈਸ ਦਾ ਇਹ ਜਿਹੜਾ ਸਬ ਐਡੀਟਰ ਰਿਹਾ, ਸ਼ਾਇਦ ਉਹਦਾ ਐਡੀਟਰ ਵੀ ਬਣਿਆ, ਦਾ ਹਿੰਦੂ ਜਿਹੜਾ ਬੜਾ ਪ੍ਰੋਮੀਨੈਂਟ ਅਖਬਾਰ ਹੈ ਉਹਦਾ ਵੀ ਐਡੀਟਰ ਰਿਹਾ, ਔਰ ਅੱਜ ਕੱਲ ਇਹ ਦਾ ਵਾਇਰ ਦਾ ਐਡੀਟਰ ਹੈ। ਔਰ ਇਹਨੇ ਪਿਛਲੇ ਦਿਨਾਂ ਚ ਇਸ ਯੋਗੀ ਆਦਿੱਤਯ ਨਾਥ ਦੇ ਹਵਾਲੇ ਨਾਲ ਇੱਕ ਖਬਰ ਦਾ ਵਾਇਰ ਦੇ ਵਿੱਚ ਲੱਗੀ ਕਿ ਬਈ ਇਹਨੇ ਜਿਹੜਾ ਓਬਜੈਕਸ਼ਨੇਬਲ ਕਮੈਂਟ ਕੀਤਾ, ਔਰ ਉਹਦੇ ਚ ਯੋਗੀ ਦੇ ਹਵਾਲੇ ਨਾਲ ਇਹ ਕਿਹਾ ਗਿਆ ਸੀ ਕਿ ਜੀ ਯੋਗੀ ਨੇ ਕਿਹਾ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਲਾਰਡ ਰਾਮਾ ਵੁੱਡ ਪ੍ਰੋਟੈਕਟ ਡਿਵੋਟੀਜ਼ ਫਰੋਮ ਦਾ ਕੋਰੋਨਾ ਵਾਇਰਸ। ਹਾਲਾਂਕਿ ਇਹ ਜਿਹੜੀ ਗੱਲ ਸੀ ਇਹ ਯੋਗੀ ਨੇ ਨਹੀਂ ਸੀ ਕਹੀ ਹੋਈ, ਇਹ ਆਚਾਰੀਆ ਪਰਮਹੰਸ ਨੇ ਕਹੀ, ਜਿਹੜੀ ਜਿਹੜਾ ਯੋਗੀ ਦੇ ਬੜਾ ਕਰੀਬ ਹੈ, ਔਰ ਜਿਹੜਾ ਅਯੁੱਧਿਆ ਟੈਂਪਲ ਟਰੱਸਟ ਹੈ ਜਿਹਨੇ ਮੰਦਿਰ ਬਣਾਉਣਾ ਉਹਦਾ ਉਹ ਹੈੱਡ ਹੈ। ਔਰ ਇਹ ਗੱਲ ਜਦੋਂ ਰਿਅਲਾਈਜ਼ ਕੀਤੀ ਪ੍ਰਿੰਟ ਨੇ ਵੀ ਇਹ ਯੋਗੀ ਨੇ ਨਹੀਂ, ਇਹ ਉਹਦੇ ਯਾਰ ਨੇ ਕਹੀ, ਆਚਾਰੀਆ ਪਰਮਹੰਸ ਨੇ, ਨੈਕਸਟ ਡੇ ਉਹਨਾਂ ਨੇ ਉਹਦੀ ਕਰੈਕਸ਼ਨ ਫਾਈਲ ਕਰ ਦਿੱਤੀ ਆਪਣੇ ਪੇਪਰ ਦੇ ਵਿੱਚ ਫਰੰਟ ਪੇਜ ਕਿ ਭਾਈ ਇਹ ਯੋਗੀ ਦੀ ਕੋਟ ਨਹੀਂ ਹੈ, ਇਹਦੀ ਹੈ। ਲੇਕਿਨ ਇਸ ਸਾਰੇ ਦੇ ਨਾਲ ਹੀ ਯੋਗੀ ਦੀ ਪੁਲਿਸ ਨੇ ਕੇਸ ਰਜਿਸਟਰ ਕਰ ਲਿਆ ਪ੍ਰਿੰਟ ਦੇ ਖਿਲਾਫ ਔਰ ਸਿਧਾਰਥ ਵਰਦ ਰਾਜਨ ਦੇ ਖਿਲਾਫ। ਔਰ ਅੱਜ ਜਿਹੜੀ ਖਬਰ ਮੇਨਲੀ ਹੈ ਕਿ UP ਪੁਲਿਸ ਦੀ ਇੱਕ ਸਪੈਸ਼ਲ ਟੁਕੜੀ, ਇਹਦੇ ਬਾਵਜੂਦ ਕਿ ਕੋਰੋਨਾ ਇਸ ਵੇਲੇ UP ਚ ਵਰਸਟ ਫਾਰਮ ਚ ਫੈਲਣ ਜਾ ਰਿਹਾ, ਉਹ ਦਿੱਲੀ ਪਹੁੰਚ ਗਏ ਔਰ ਉੱਥੇ ਆ ਕੇ ਉਹਨਾਂ ਨੇ ਉਹਦਾ ਵਰਦ ਰਾਜਨ ਦਾ ਦਰਵਾਜ਼ਾ ਖੜਕਾਇਆ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਆਏ ਹਾਂ, ਇਹ ਵਾਰੰਟ ਸਰਵ ਕਰਨ ਆਏ ਹਾਂ। ਉਹਨਾਂ ਦੀ ਵਾਈਫ ਨੇ ਕਿਹਾ, ਉਹ ਘਰ ਨਹੀਂ ਸੀ, ਉਹਨਾਂ ਨੇ ਕਿਹਾ ਜੀ ਮੈਨੂੰ ਦੇ, ਉਹਨੇ ਕਿਹਾ ਜੀ ਨਹੀਂ ਨਹੀਂ ਅਸੀਂ ਤੁਹਾਨੂੰ ਨੀ, ਇਹ ਔਰਤਾਂ ਨੂੰ ਨੀ ਸਰਵ ਕਰ ਸਕਦੇ। ਉਹਨੇ ਕਿਹਾ ਜੀ ਕਿੱਥੇ ਲਿਖਿਆ ਹੋਇਆ ਕਿ ਨਹੀਂ ਕਰ ਸਕਦੇ। ਔਰ ਫਿਰ ਉਹਨਾਂ ਨੇ ਜਦੋਂ ਉੱਥੋਂ ਹੀ ਆਪਣੀ ਹਾਈ ਕਮਾਂਡ ਨਾਲ ਰਾਬਤਾ ਕੀਤਾ ਤੇ ਉਹਨਾਂ ਨੇ ਕਿਹਾ ਨਹੀਂ ਨਹੀਂ ਸਰਵ ਕਰ ਦਿਓ। ਔਰ ਉਹਨਾਂ ਦੀ ਵਾਈਫ ਨੇ ਕਿਹਾ ਸਿਧਾਰਥ ਵਰਦ ਰਾਜਨ ਦੀ ਕਿ ਵੀ ਦੇ ਵੁਡਨਟ ਲੈਟ ਮੀ ਸਾਈਨ ਦਾ ਨੋਟਿਸ, ਉਹ ਕਹਿਣ ਜੀ ਕਿ ਵੀ ਨਹੀਂ ਇਹ ਸਾਡਾ ਰੂਲ ਨਹੀਂ ਹੈ। ਉਹਨਾਂ ਨੇ ਕਿਹਾ ਜਦੋਂ ਮੈਂ ਕਿਹਾ ਵੀ ਖਾਓ, ਫਿਰ ਉਹਨਾਂ ਨੇ ਉੱਤੋਂ ਗੱਲ ਕਰਕੇ ਔਰ ਜਿਹੜੀ ਆ ਉਹ ਪਰਮਿਸ਼ਨ ਲੈ ਕੇ ਉਹਨਾਂ ਨੇ ਕਿਹਾ ਜੀ ਨੋਟਿਸ ਸਰਵ ਕੀਤਾ। ਹੁਣ ਇਹ ਜਿਹੜਾ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਦੇ ਲਈ ਜਿਹੜਾ ਕ੍ਰਿਟਿਸਿਜ਼ਮ ਹੈ ਇਹ ਇਸ ਕਿਸਮ ਦਾ ਦੀ ਦੁਸ਼ਮਣੀ ਬਣ ਗਿਆ, ਜਿਵੇਂ ਤੁਸੀਂ ਭੁਪਿੰਦਰ ਸਿੰਘ ਸੱਜਣ ਦਾ ਜ਼ਿਕਰ ਕੀਤਾ, ਇਹ ਉਹੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ, ਜਦੋਂ ਕੁਛ ਅਰਸਾ ਪਹਿਲਾਂ, ਮਹੀਨਾ ਡੇਢ ਮਹੀਨਾ ਪਹਿਲਾਂ ਜਦੋਂ ਕਿ ਇੱਕ BJP ਦਾ ਜਲਸਾ ਉਹ ਕਵਰ ਕਰਨ ਗਏ ਸੀ ਤੇ ਉੱਥੇ ਵੀ ਉਹਨਾਂ ਨੂੰ ਹਿਊਮੀਲੇਟ ਕੀਤਾ ਗਿਆ ਸੀ ਕਿਉਂਕਿ ਇੰਟਰਵਿਊ ਕਰਨ ਲੱਗਿਆ ਉਹਨਾਂ ਨੇ ਸਵਾਲ ਪੁੱਛੇ ਸੀ, ਬਾਅਦ ਚ ਉਹਨਾਂ ਨੇ ਮਾਫ਼ੀ ਮੰਗੀ। ਸੋ ਇਹ TV ਦੇ ਉੱਤੇ ਆਪਣਾ ਜਿਹੜਾ ਦਿੰਦੇ ਨੇ ਮੌਕਫ, ਔਰ ਜਿਹੜੀ ਖਬਰ ਹੈ ਕਿਉਂਕਿ ਮੈਂ ਇਹ ਜਦੋਂ ਇਹ ਕਹਿ ਰਿਹਾ ਕਿ ਵਰਜ਼ੀਅਨ ਵਨ ਸਾਈਡਡ ਸਾਨੂੰ ਮਿਲੀ ਹੋਈ ਹੈ, ਕਿਉਂਕਿ ਭੁਪਿੰਦਰ ਸਿੰਘ ਸੱਜਣ ਨੂੰ ਘਰੋਂ ਚੁੱਕਣਾ ਉਦੋਂ ਜਦੋਂ ਕਿ ਉਹਨਾਂ ਨੇ ਉਸ ਦੇ ਉੱਤੇ ਸ਼ੋਅ ਕੀਤਾ ਹੈ, ਔਰ ਉਹ ਕੀ ਹੈ, ਹੋ ਸਕਦਾ ਉਹਨੂੰ ਵੀ ਬਲੌਕ ਕੀਤਾ ਹੋਏ, ਮੇਰੀ ਨਜ਼ਰ ਚੋਂ ਨਹੀਂ ਗੁਜ਼ਰਿਆ, ਹੋ ਸਕਦਾ ਉਹਨਾਂ ਨੇ ਜਿਵੇਂ ਅਸੀਂ ਦੂਸਰੀ ਸਾਈਡ ਦੀ ਗੱਲ ਕੀਤੀ ਹੈ ਇਹੀ ਕਿਹਾ ਹੋਏਗਾ ਕਿ ਭਾਈ ਇਹ ਇੱਕ ਸਾਈਡਡ ਵਰਜ਼ਨ ਹੈ, ਜੇ ਇੱਕ ਪਾਸੇ ਸ਼ਰੇਆਮ ਉਹਦੀਆਂ ਵਾਇਲੇਸ਼ਨ ਕਰਨ ਵਾਲੇ ਲੋਕ ਜਿਹਨਾਂ ਦੇ ਹਾਇਰ ਅਪ ਕਨੈਕਸ਼ਨ ਨੇ ਉਹ ਜਿਹੜੇ ਨੇ ਉਹਨਾਂ ਨੂੰ ਸਕਾਟ ਫਰੀ ਕੀਤਾ ਜਾਂਦਾ ਹੈ, ਤੇ ਉਹਨਾਂ ਦੇ ਨੇ ਤਾਂ ਜਿਹੜਾ ਕੋਈ ਐਸਾ ਨਹੀਂ ਹੈ ਕਿ ਉਹਨਾਂ ਨੇ ਉਹਦੇ ਕੋਲ ਕੋਈ ਆਮ ਸੀ, ਉਹਨਾਂ ਨੇ ਆ ਕੇ ਕੋਈ ਹਥਿਆਰ ਦਿਖਾਏ, ਜੇ ਉਹਨਾਂ ਨੇ ਵਾਇਲੇਟ ਕੀਤਾ ਵੀ ਤੇ ਕਾਨੂੰਨ ਕਾਰਵਾਈ ਹੋਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਡੰਡਿਆਂ ਦੇ ਨਾਲ ਉਹਨਾਂ ਦੀ ਗੱਡੀ ਪੁਲਿਸ ਭੰਨ ਰਹੀ ਔਰ ਨਾਲ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੀ ਹੈ। ਸੋ ਨਿਹੰਗ ਸਿੰਘ ਇੱਕ ਆਪਣੀ ਕਿਸਮ ਦਾ ਉਹਨਾਂ ਦੀ ਇੱਕ ਇੰਡੀਪੈਂਡੈਂਟ ਸਪਿਰਿਟ ਹੈ, ਜਿਹੜੇ ਟਰੂਲੀ ਨਿਹੰਗ ਸਿੰਘ ਨੇ, ਮੈਂ ਇਹਨਾਂ ਜਿਹੜਾ ਸਰਕਾਰੀ ਔਰ ਜਿਹੜੇ ਭੰਗੀ ਬਣੇ ਹੋਏ ਨੇ ਇਹਨਾਂ ਦੀ ਗੱਲ ਨਹੀਂ ਕਰਦਾ। ਸੋ ਜ਼ਾਹਿਰ ਹੈ ਕਿ ਉਹਨਾਂ ਨੇ ਇਹ ਕੋਈ ਨਿਹੰਗ ਨਾ ਵੀ ਹੁੰਦਾ, ਕੋਈ ਪਰਸਨਲ ਵੀ ਬੰਦਾ ਜਿਹੜਾ ਕੋਈ ਇਸ ਕਿਸਮ ਦੀ ਭਾਵੇਂ ਵਾਇਲੇਸ਼ਨ ਵੀ ਕਰ ਰਿਹਾ ਹੁੰਦਾ, ਉਹ ਵੀ ਜਿਹੜਾ ਇਸ ਕਿਸਮ ਦਾ ਆਪਣਾ ਐਂਗਰ ਦਿਖਾਉਂਦਾ। ਸੋ ਕੁੱਲ ਮਿਲਾ ਕੇ ਇਹ ਗੱਲ ਦੱਸਦੀ ਹੈ ਕਿ ਇਸ ਵੇਲੇ ਇਸ ਅਥਾਰਿਟੀ ਨੂੰ
ਇਸਤੇਮਾਲ ਕੀਤਾ ਜਾ ਰਿਹਾ ਲੋਕਾਂ ਨੂੰ ਹਰਾਸ ਕਰਨ ਲਈ। ਆਲਰੇਡੀ ਕਿੰਨੀਆਂ ਖਬਰਾਂ ਪੁਲਿਸ ਦੇ ਹਵਾਲੇ ਨਾਲ ਆਈਆਂ ਕਿ ਅਸੀਂ ਤਾਂ 90,000 ਫਿਗਰ ਡਾਇਸਪੋਰਾ ਜਿਹੜੇ ਪੰਜਾਬ ਫਸੇ ਹੋਏ ਨੇ ਉਹਨਾਂ ਦੀ ਗੱਲ ਕੀਤੀ, ਪਰ ਅਮਰਿੰਦਰ ਸਿੰਘ ਨੇ ਕੁਛ ਦਿਨ ਪਹਿਲਾਂ ਆਪਣੀ ਪ੍ਰੈਸ ਕਾਨਫਰੰਸ 1.25 ਲੱਖ ਬਾਹਰੋਂ ਆਏ ਲੋਕਾਂ ਦਾ ਜ਼ਿਕਰ ਕੀਤਾ। ਸੋ ਉਹਨਾਂ ਨੂੰ ਕਿਵੇਂ ਹਿਊਮੀਲੇਟ ਪੁਲਿਸ ਨੇ ਕੀਤਾ, ਕਿਵੇਂ ਹਰ ਇੱਕ ਨੂੰ ਕਰੋਨਾ ਪੋਟੈਂਸ਼ੀਅਲ ਬਣਾ ਕੇ ਘਰਾਂ ਦੇ ਬਾਹਰ ਨੋਟਿਸ ਚਿਪਕਾ ਦਿੱਤੇ, ਕਿਵੇਂ ਆਮ ਲੋਕਾਂ ਨੂੰ ਵੀ ਜਿਹੜਾ ਉਹ ਖੌਫਜ਼ਦਾ, ਔਰ ਅੱਜ ਹੀ ਮੈਂ ਕਈ ਪੋਸਟਾਂ ਇਹਦੇ ਤੇ ਨੇ ਕਿ ਕਿਵੇਂ ਈਵਨ ਕੁਛ ਲੋਕ ਜਿਹੜੇ ਨੇ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ, ਤੇ ਕੁਛ ਜਿਹੜੇ ਮੈਡੀਕਲ ਔਰ ਦੂਸਰੀਆਂ ਸਰਵਿਸਿਜ਼ ਨੇ ਉਹ ਜੇ ਪਾਸ ਵੀ ਦਿਖਾਉਂਦੇ ਨੇ ਤਾਂ ਉਹਨਾਂ ਨੂੰ ਹਿਊਮੀਲੇਟ ਕਰਕੇ ਅੱਗੇ ਭੇਜਿਆ ਜਾਂਦਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਜਿਵੇਂ ਸਾਡੀ ਹਮਦਰਦੀ ਹੈ ਜਿਹਨਾਂ ਦਾ, ਜਿਹਨਾਂ ਨੇ ਆਪਣਾ ਕਾਨੂੰਨੀ ਡਿਊਟੀ ਪੂਰੀ ਕਰਦੇ ਆ ਸਫ਼ਰ ਕੀਤਾ, ਪਰ ਜਿਵੇਂ ਦੂਸਰਾ ਵਨ ਸਾਈਡਡ ਵਡਾਂਗਾ ਧਰਿਆ ਹੋਇਆ ਔਰ ਇਸ ਹਵਾਲੇ ਨਾਲ ਸਿੱਖਾਂ ਨੂੰ ਔਰ ਈਵਨ ਨਿਹੰਗ ਪਰੰਪਰਾ ਨੂੰ ਬਦਨਾਮ ਕੀਤਾ ਜਾ ਰਿਹਾ, ਇਹ ਇੱਕ ਡੈਲੀਬਰੇਟ ਤਰੀਕਾ ਹੈ ਜਿਵੇਂ ਕਿ ਤਬਲੀਗੀ ਜਮਾਤ ਦਾ ਹਵਾਲਾ ਬਣਾ ਕੇ ਸਾਰੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਗਿਆ। ਅੱਜ ਭਾਰਤ ਦਾ ਸਾਰਾ ਮੀਡੀਆ ਉਹਨਾਂ ਨੂੰ ਹੋਰ ਕੋਈ ਖਬਰ ਨਹੀਂ ਹੈ, ਸਿਰਫ ਤੇ ਸਿਰਫ ਉਹਨਾਂ ਨੂੰ ਉਹ ਨਿਹੰਗ ਜਿਹੜੇ ਨੇ ਹਮਲਾ ਕਰਦੇ ਨਜ਼ਰ ਆ ਰਹੇ ਨੇ, ਹੋਰ ਕੁਛ ਵੀ ਗਲਤ ਹੁੰਦਾ ਮੁਲਕ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਬਿਲਕੁਲ ਡਾਕਟਰ ਸਾਹਿਬ, ਇੱਥੇ ਨਾਲ ਹੀ ਨਾਲ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਸਾਡੇ ਆਪਣੇ ਲੋਕਾਂ ਦਾ ਜਿਹੜਾ ਰਵੱਈਆ ਹੈ, ਇੱਕ ਪਾਸੜ ਸਟੋਰੀ ਨੂੰ ਦੇਖਦੇ ਆ ਅਸੀਂ ਕਿਉਂ ਆਪਣੇ ਸਿਰ 'ਚ ਸਵਾਹ ਪਾਉਣ ਲੱਗ ਜਾਂਦੇ ਆ, ਇਸ ਵੱਲ ਵੀ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਇਸ ਵਕਤ ਘੱਟੋ ਘੱਟ ਜਿਹੜੀ ਜਾਂਚ ਹੈਗੀ ਆ, ਜਾਂ ਜਿੰਨੀ ਦੇਰ ਤੱਕ ਦੂਜਾ ਪੱਖ ਨਹੀਂ ਸਾਹਮਣੇ ਆਉਂਦਾ ਉਨੀ ਦੇਰ ਤੱਕ ਜਿਹੜਾ ਹੈਗਾ ਆਪਣੇ ਸਿਰ 'ਚ ਘੱਟੋ ਘੱਟ ਸਵਾਹ ਤਾਂ ਨਾ ਪਾਈਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਜਿਹੜੇ ਸਾਡੇ ਦਰਸ਼ਕ ਇਸ ਵਕਤ ਵਿਊਅਰ ਸਾਡੇ ਨਾਲ ਜੁੜੇ ਹੋਏ ਆ, ਅਸੀਂ ਇੱਕ ਇੱਥੇ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ।